ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਰਵਿਦਾਸ ਮੰਦਰ ਢਾਉਣ ਦੇ ਮਾਮਲੇ 'ਚ ਇਲਾਕਾ ਨਿਵਾਸੀਆਂ ਨੇ ਕੱਢਿਆ ਰੋਸ ਮਾਰਚ। ਬੀਤੇ ਦਿਨੀ ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਰਵਿਦਾਸ ਮਹਾਰਾਜ ਜੀ ਦੇ ਪੁਰਾਤਨ ਤੇ ਇਤਿਹਾਸਿਕ ਮੰਦਰ ਨੂੰ ਢਾਉਣ ਨੂੰ ਲੈ ਕੇ ਅਪਰਾ ਦੇ ਇਲਾਕਾ ਵਾਸੀਆਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਪੂਰੇ ਅਪਰਾ ਵਿਖੇ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਉਹਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵਿਰੁੱਧ ਬੋਲਦਿਆਂ ਕਿਹਾ ਕਿ ਸਰਕਾਰਾਂ ਨੇ ਮਿਲੀ ਭਗਤ ਕਰਕੇ ਦਲਿਤਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਹੈ। ਇਸ ਮੌਕੇ ਬੋਲਦਿਆਂ ਸੰਤ ਆਤਮਦਾਸ, ਤੀਰਥ ਰਾਜਪੁਰਾ, ਸਤਪਾਲ ਪੇਟੀਆਂ ਵਾਲਾ, ਜੀਤੀ ਸ਼ੋਕਰਾਂ ਵਾਲਾ, ਜਿੰਦਰ ਸਮਰਾੜੀ, ਪੁਰਸ਼ੋਤਮ ਨੇ ਕਿਹਾ ਕਿ ਜੇਕਰ ਆਉਣ ਵਾਲੇ ਕੁਝ ਸਮੇਂ ਦੌਰਾਨ ਸਰਕਾਰ ਨੇ ਦੁਬਾਰਾ ਰਵਿਦਾਸ ਮੰਦਰ ਦੀ ਉਸਾਰੀ ਨਾ ਕਰਵਾਈ ਤਾਂ ਉਹ ਇਸ ਦੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ। ਇਸ ਮੌਕੇ ਮੋਦੀ ਸਰਕਾਰ ਅਤੇ ਕੇਜਰੀਵਾਲ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨੇ 'ਚ ਸ਼ਾਮਲ ਔਰਤਾਂ ਨੇ ਨਰਿੰਦਰ ਮੋਦੀ ਅਤੇ ਕੇਜਰੀਵਾਲ ਦਾ ਪਿੱਟ ਸਿਆਪਾ ਕੀਤਾ। ਅਪਰਾ ਤੋਂ ਬੂਟਾ ਸਿੰਘ ਢਿੰਡਸਾ ਦੀ ਰਿਪੋਰਟ। ਅੱਜ ਅਸੀਂ ਅਪਰਾ ਵੱਲੋਂ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਅਤੇ ਸਾਰੇ ਇਲਾਕੇ ਵੱਲੋਂ ਸਾਰੀਆਂ ਪਾਰਟੀਆਂ ਵੱਲੋਂ ਸਾਂਝੇ ਤੌਰ 'ਤੇ ਅਸੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਿਹੜਾ ਦਿੱਲੀ ਦੇ ਵਿੱਚ ਮੰਦਰ ਢਾਇਆ ਗਿਆ ਉਸ ਵਿਰੋਧ ਦੇ ਵਿੱਚ ਅਸੀਂ ਅਪਰੇ ਦੇ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਹਾਂ ਅਤੇ ਸਾਰੇ ਪਿੰਡ ਦੇ ਵਿੱਚ ਰੌਣ ਲਾਵਾਂਗੇ। ਆਪਣੇ ਬਹੁਤ ਸ਼ਾਂਤੀ ਦੇ ਨਾਲ ਅਸੀਂ ਰੌਣ ਲੱਗੂਗਾ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਰੌਣ ਲਾਉਣਗੀਆਂ। ਇੰਨਾ ਹੀ ਅਸੀਂ ਕਹਿੰਦੇ ਹੋਏ ਰਜਾ ਲਾਉਂਦੇ ਜੈ ਭੀਮ ਜੈ ਭਾਰਤ। ਅੱਜ ਅਪਰਾ ਸ਼ਹਿਰ ਦੇ ਇਰਦ ਗਿਰਦ ਦੇ ਸਾਰੇ ਮਦਰਾਂ ਦੀਆਂ ਸੰਗਤਾਂ ਇਕੱਤਰ ਹੋ ਕੇ ਜੋ ਦਿੱਲੀ ਅੰਦਰ ਸਤਿਗੁਰੂ ਦਾਸ ਹੋਣੀ ਦਾ ਪਵਿੱਤਰ ਅਸਥਾਨ ਤਹਿ ਟੇਰੀ ਕੀਤਾ ਗਿਆ ਉਸਦੇ ਰੋਸ ਵੱਲੋਂ ਬਹੁਤ ਵੱਡਾ ਰੋਸ ਮੁਜ਼ਾਹਰਾ ਹੋ ਰਿਹਾ ਹੈ। ਲੱਖਾਂ ਦੀ ਗਿਣਤੀ ਸੰਗਤ ਇਕੱਠੇ ਹੋ ਕੇ ਇਹ ਜਿਹੜੀ ਗੁੱਗੀ ਬੋਲੀ ਅੰਨੀ ਸਰਕਾਰ ਆ ਉਹਦੇ ਕੰਨਾਂ ਤੱਕ ਆਵਾਜ਼ ਪਾਉਣ ਲਈ ਇੱਥੇ ਬਹੁਤ ਵੱਡਾ ਆਪਣੀ ਬੁਲੰਦ ਆਵਾਜ਼ ਕੱਢ ਕੇ ਇਹ ਸਰਕਾਰ ਨੂੰ ਚੇਤਾਵਨੀ ਦੇ ਰਹੀ ਆ, ਅਗਰ ਇਹ ਫੈਸਲਾ ਵਾਪਸ ਨਾ ਲਿਆ, ਦੁਬਾਰਾ ਮਹਾਰਾਜ ਦੇ ਮੰਦਰ ਦੀ ਉਸਾਰੀ ਨਾ ਹੋਈ ਤਾਂ ਇਹ ਜਿਹੜੀ ਸੰਗਤ ਹੈ ਇਹ ਪਬਲਿਕ ਹੈ ਆਪਣਾ ਜਿਹੜਾ ਆ ਯੋਗ ਵੋਟ ਦੀ ਵਰਤੋਂ ਕਰਕੇ ਤੁਹਾਡੇ ਰਾਜ ਨੂੰ ਵੀ ਇਸੇ ਤਰ੍ਹਾਂ ਤਹਿਸ ਨਹਿਸ ਕਰੇਗੀ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ। ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਦੇ ਦਿੱਲੀ ਦੇ ਵਿੱਚ ਇਹ ਮੋਦੀ ਸਰਕਾਰ ਵੱਲੋਂ ਇਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜੋ ਸਾਡੇ ਜਗਤਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਬੜੇ ਬੇਦਰਦੀ ਦੇ ਨਾਲ ਤੋੜਿਆ ਗਿਆ, ਮੈਂ ਉਹਨਾਂ ਦੀ ਘੋਰ ਨਿੰਦਿਆ ਕਰਦਾ ਹਾਂ। ਔਰ ਇਹ ਭਾਜਪਾ ਸਰਕਾਰ, ਇਹ ਦਲਿਤ ਵਿਰੋਧੀ ਸਰਕਾਰ ਵਾ, ਇਹਨਾਂ ਤੋਂ ਬਚ ਕੇ ਚੱਲਣ ਦੀ ਲੋੜ ਵਾ, ਕਿਉਂਕਿ ਜਿਹੜੇ ਸ਼ਰੇਆਮ ਕਹਿ ਰਹੇ ਨੇ ਵੀ ਅਸੀਂ ਸੰਵਿਧਾਨ ਬਦਲ ਦੇਵਾਂਗੇ, ਰਾਮ ਰਾਜ ਲਿਆਵਾਂਗੇ, ਇੱਕ ਵਾਰੀ ਇਹਨਾਂ ਨੂੰ ਚੇਤਾਵਨੀ ਦੇ ਦਿਓ ਵੀ ਜੇ ਸੰਵਿਧਾਨ ਬਰਮੂ ਤੁਸੀਂ ਉਂਗਲੀ ਵੀ ਕੀਤੀ ਤੁਹਾਡੀ ਉਂਗਲੀ ਵੱਢ ਦੇਣਗੇ। ਅੱਜ ਉਹ ਸੰਵਿਧਾਨ ਜੋ ਸਤਿਗੁਰੂ ਰਵਿਦਾਸ ਮਹਾਰਾਜ ਦੀ ਸੋਚਣੀ ਸੀਗੀ ਉਹਨਾਂ ਨੇ ਸਾਰਾ ਹੀ
ਸੰਘਰਸ਼ ਕਰਕੇ ਜਿੱਥੇ ਦੱਬੇ ਕੁਚਲੇ ਲੋਕਾਂ ਲਈ ਸਭ ਕੁਝ ਕੀਤਾ, ਇਨਕਲਾਬ ਲਿਆਂਦਾ, ਉੱਥੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸਾਡੇ ਵਾਸਤੇ ਉਹੀ ਗੱਲਾਂ ਉਹੀ ਸੰਵਿਧਾਨ ਦੇ ਵਿੱਚ ਦਰਜ ਕੀਤੀਆਂ। ਉਹਨਾਂ ਦੇ ਸਦਕਾ ਅੱਜ ਇਹ ਸਾਰਾ ਸਮਾਜ ਡਾਕਟਰ ਮਾਸਟਰ ਜੱਜ ਵਕੀਲ ਸਾਰੇ ਅਹੁਦਿਆਂ ਤੇ ਬਿਰਾਜਮਾਨ ਵਾ। ਸੋ ਇਹ ਜੋ ਸਰਕਾਰ ਵਾ ਇਹ ਜੰਮੂ ਕਸ਼ਮੀਰ ਦੇ ਵਿੱਚ ਵੀ ਇਹੀ ਕੰਮ ਇਹਨਾਂ ਨੇ ਕੀਤਾ ਔਰ ਇਹਨਾਂ ਦੇ ਮੰਤਰੀ ਕਹਿੰਦੇ ਆ ਅਸੀਂ ਜਾ ਕੇ ਉੱਥੇ ਗੋਰੀਆਂ ਦੇ ਨਾਲ ਵਿਆਹ ਕਰਾਵਾਂਗੇ। ਹੁਣ ਸਾਨੂੰ ਮੌਜਾਂ ਹੀ ਮੌਜਾਂ, ਅਖਬਾਰ ਦੀ ਖਬਰ ਵਾ, ਕੋਈ ਝੂਠੀ ਖਬਰ ਨਹੀਂ ਹੈਗੀ।